ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਅਤੇ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਜੀ ਦਾ ਜੋ ਅੱਜ ਸ਼ਹੀਦੀ ਦਿਹਾੜਾ ਪਿੰਡ ਅਗਵਾਨ ਦੇ ਵਿੱਚ ਮਨਾਇਆ ਜਾ ਰਿਹਾ, ਉੱਥੇ ਅਸੀਂ ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਕੌਮ ਦੇ ਮਹਾਨ ਯੋਧਿਆਂ ਨੂੰ, ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਿਰ 'ਤੇ ਰੱਖਿਆ, ਉਹਨਾਂ ਨੂੰ ਸਜਦਾ ਕਰਨ ਲਈ ਆਏ ਹਾਂ। ਮੇਰੀ ਸਿੱਖ ਕੌਮ ਨੂੰ ਇੱਕ ਹੱਥ ਜੋੜ ਕੇ ਅਪੀਲ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਪਿਆਰ ਕੌਰ ਜੀ, ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਜੋ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਅਤੇ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਦੀ ਯਾਦ ਵਿੱਚ ਜੋ ਇੱਥੇ ਗੁਰੂ ਘਰ ਬਣ ਰਿਹਾ, ਉਸ ਦੇ ਵਿੱਚ ਸੇਵਾਵਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਭਾਈ ਕੇਹਰ ਸਿੰਘ ਕੌਮ ਦੀ ਖਾਤਰ ਸ਼ਹੀਦ ਹੋਏ, ਘਰ ਦੀ ਖਾਤਰ ਨਹੀਂ। ਇਸ ਕਰਕੇ ਸਾਡਾ ਫਰਜ਼ ਬਣਦਾ ਕੌਮ ਦਾ ਕਿ ਉਹਨਾਂ ਦੀ ਯਾਦ 'ਚ ਜੋ ਗੁਰੂ ਘਰ ਬਣ ਰਿਹਾ ਉੱਥੇ ਸਾਨੂੰ ਤਿਲ ਫੁੱਲ ਭੇਟਾ ਕਰਨਾ ਚਾਹੀਦਾ, ਆਪਣਾ ਦਸਵੰਧ ਕੱਢ ਕੇ ਅਸੀਂ ਉਹਨਾਂ ਮਹਾਨ ਯੋਧਿਆਂ ਦਾ ਜੋ ਗੁਰੂ ਘਰ ਬਣੇ ਅਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਕਿਉਂਕਿ ਜਦੋਂ ਵੀ ਜਿਸ ਵੀ ਕੌਮ ਦਾ ਕੋਈ ਸ਼ਹੀਦ ਹੋਇਆ, ਉਹਨਾਂ ਨੇ ਜਦੋਂ ਪਾਵਰ 'ਚ ਆਏ ਉਹਦਾ ਸਤਿਕਾਰ ਦਿੱਤਾ ਉਹਨਾਂ ਨੇ। ਅੱਜ ਵੇਖ ਲਓ ਬਦਕਿਸਮਤੀ ਸਾਡੀ ਕੌਮ ਦੀ, ਸਾਡੀ ਅਕਾਲੀ ਦਲ ਦੀ ਸਰਕਾਰ ਰਹੀ, 5 ਵਾਰ ਅਕਾਲੀ ਦਲ ਦਾ ਮੁੱਖ ਮੰਤਰੀ ਬਣਿਆ, ਤਾਂ ਉਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਜੇ ਸਰਕਾਰਾਂ ਆਈਆਂ ਚਾਹੇ SGPC ਦੇ ਪ੍ਰਧਾਨ ਬਣਦੇ ਆ, ਉਹ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਭਾਈ ਕੇਹਰ ਸਿੰਘ ਕਰਕੇ, ਜਿਨ੍ਹਾਂ ਨੇ ਵੱਡੀ ਕੁਰਬਾਨੀ ਕੀਤੀ। ਨਹੀਂ ਤਾਂ ਉਹਨਾਂ ਨੇ ਸਾਡਾ ਜਿਸ ਹਿਸਾਬ ਨਾਲ ਇੰਦਰਾ ਗਾਂਧੀ ਚੱਲੀ ਸੀ, ਉਹਨਾਂ ਨੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਖਤਮ ਕਰ ਦੇਣਾ ਸੀ। ਉਹ ਦੇਖੋ BJP ਆਪਦਾ ਝੰਡਾ ਨਹੀਂ ਛੱਡ ਰਹੀ, ਉਹ ਰਾਜ ਵੀ ਕਰ ਰਹੀ ਹੈ। ਉਹਨਾਂ ਨੇ ਪਟੇਲ ਦੀ ਮੂਰਤੀ ਬਣਾਈ, 3300 ਕਰੋੜ ਰੁਪਇਆ ਲੱਗਾ ਜੀ। ਉਹਨਾਂ ਨੇ ਅੱਜ ਉਹ ਪਾਰਲੀਮੈਂਟ ਦੇ ਵਿੱਚ ਗੱਜ ਵੱਜ ਕੇ ਕਹਿ ਰਹੇ ਆ, ਜਿਨ੍ਹਾਂ ਨੇ ਗਾਂਧੀ ਨੂੰ ਮਾਰਿਆ ਸੀ, ਨੱਥੂ ਰਾਮ ਗੌਂਡਸਾ ਸਾਡਾ ਸ਼ਹੀਦ ਆ। ਪਰ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਸਾਡੀ ਸਿੱਖ ਕੌਮ ਦੀ ਕਿ 5 ਵਾਰ ਸਾਡੀ ਅਕਾਲੀ ਦਲ ਦੀ ਸਰਕਾਰ ਆਈ, ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਹਾਂ, ਪਰ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ, ਜਿਨ੍ਹਾਂ ਦੇ ਕਰਕੇ ਅਕਾਲੀ ਦਲ ਨੂੰ ਦੀਆਂ ਸਰਕਾਰਾਂ ਬਣੀਆਂ, ਅਕਾਲੀ ਦਲ ਹੋਂਦ 'ਚ ਆਇਆ, ਉਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਮੇਰੀ ਹੱਥ ਜੋੜ ਕੇ ਬੇਨਤੀ SGPC ਨੂੰ ਕਿ ਪਰਿਵਾਰ ਵੱਲੋਂ ਵਾਰ ਵਾਰ ਬੇਨਤੀਆਂ ਨਾ ਕਰਨ ਦੀ ਲੋੜ ਨਹੀਂ, ਜੇ ਪਰਿਵਾਰ ਤੋਂ ਬੇਨਤੀਆਂ ਨਾ ਕਰਾਓ, ਤੁਸੀਂ ਆਪ ਧਿਆਨ ਦੇ ਕੇ ਇਹ ਗੁਰੂ ਘਰ ਬਣਾਓ। ਮੇਰੀ SGPC ਨੂੰ ਨਾਲ ਹੀ ਅਪੀਲ ਆ ਹੱਥ ਜੋੜ ਕੇ ਕਿ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਦੀ ਯਾਦ 'ਚ ਇੱਥੇ ਸਕੂਲ ਬਣੇ, ਸਾਡੇ ਬੱਚੇ ਉਸ ਇਤਿਹਾਸ ਤੋਂ ਜਾਣੂ ਹੋ ਸਕਣ। ਮੈਂ ਇੰਨਾ ਹੀ ਬੇਨਤੀਆਂ ਕਰਦਾ, ਸਜਦਾ ਕਰਦਾ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਅਸੀਂ ਹਾਜ਼ਰੀ ਲਵਾਉਂਦੇ ਹਾਂ, ਅਤੇ ਵਾਜੇ ਕੌਮ TV ਦੇ ਜੋ ਸੰਚਾਲਕ ਨੇ ਭਾਈ ਰਘਵੀਰ ਸਿੰਘ, ਜੋ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦੇ ਹਮੇਸ਼ਾ, ਕੌਮ ਦੇ ਜੋ ਮਸਲੇ ਉਹਨਾਂ ਨੂੰ ਉਭਾਰਦੇ ਆ, ਅਤੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਆ ਸਤਿ ਸ੍ਰੀ ਅਕਾਲ।